22 ਜਨਵਰੀ ਦਾ ਦਿਨ ਹੈ ਦੇਸ਼ ਭਰ ਦੇ ਲਈ ਬੇਹੱਦ ਅਹਿਮ। ਯੂਪੀ ਦੀਆਂ ਔਰਤਾਂ ਨੇ ਰੱਖੀ ਡਾਕਟਰਾਂ ਮੂਹਰੇ ਵੱਖਰੀ ਹੀ ਮੰਗ। ਪ੍ਰੈਗਨੈਂਟ ਔਰਤਾਂ ਆਪਣਾ ਬੱਚਾ ਪੈਦਾ ਕਰਨਾ ਚਾਹੁੰਦੀਆਂ ਨੇ 22 ਜਨਵਰੀ ਨੂੰ ਹੀ। ਡਾਕਟਰਾਂ ਦੇ ਲਈ ਬਣਿਆ ਹੋਇਆ ਇਹ ਇੱਕ ਵੱਡਾ ਚੈਲੰਜ। ਜਿੱਥੇ 22 ਜਨਵਰੀ ਦਾ ਦਿਨ ਦੇਸ਼ ਭਰ ਦੇ ਲਈ ਬੇਹੱਦ ਅਹਿਮ ਰਹਿਣ ਵਾਲਾ, ਉੱਥੇ ਹੀ ਜੋਤਸ਼ੀਆਂ ਅਤੇ ਪੰਡਤਾਂ ਨੇ ਵੀ ਇਸ ਦਿਨ ਨੂੰ ਬੇਹੱਦ ਸ਼ੁਭ ਦੱਸਿਆ। ਇਸ ਨੂੰ ਦੇਖਦੇ ਹੋਏ ਯੂਪੀ ਦੀਆਂ ਔਰਤਾਂ ਨੇ ਡਾਕਟਰਾਂ ਦੇ ਮੂਹਰੇ ਇੱਕ ਵੱਖਰੀ ਹੀ ਮੰਗ ਰੱਖ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਬੱਚਾ 22 ਜਨਵਰੀ ਨੂੰ ਹੀ ਹਰ ਹਾਲ ਦੇ ਵਿੱਚ ਡਿਲੀਵਰ ਕਰਨਾ ਚਾਹੁੰਦੀਆਂ ਨੇ, ਚਾਹੇ ਫਿਰ ਉਹ ਪ੍ਰੀ ਮੈਚਿਓਰ ਬੇਬੀ ਹੀ ਕਿਉਂ ਨਾ ਕਹਾਵੇ। ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨਸ ਦਾ ਡਰ ਪ੍ਰੈਗਨੈਂਟ ਔਰਤਾਂ ਨੂੰ ਨਹੀਂ ਹੈ ਅਤੇ ਉਹਨਾਂ ਦੇ ਘਰਦਿਆਂ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ ਅਤੇ ਸਾਰਾ ਭਰੋਸਾ ਜਿਹੜਾ ਉਹ ਸ਼੍ਰੀ ਰਾਮ ਜੀ 'ਤੇ ਛੱਡਦੇ ਹੋਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸ਼੍ਰੀ ਰਾਮ ਜੀ ਦੇ ਆਗਮਨ ਪੁਰਬ ਵਾਲੇ ਦਿਨ ਸਾਡੇ ਘਰ ਦੇ ਵਿੱਚ ਨੰਨੇ ਬੱਚੇ ਦੀਆਂ ਕਿਲਕਾਰੀਆਂ ਗੂੰਜਦੀਆਂ ਨੇ ਤਾਂ ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ। ਤਾਂ ਵੱਡੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਤਾਂ ਮੰਗ ਰੱਖ ਦਿੱਤੀ ਹੈ, ਪਰ ਜਿਹੜਾ ਚੈਲੰਜ ਹੈ ਉਹ ਡਾਕਟਰਾਂ ਦੇ ਲਈ ਬਣਿਆ ਹੋਇਆ। ਤਾਂ ਕੁਝ ਡਾਕਟਰਾਂ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਅਤੇ ਉਹਨਾਂ ਦੇ ਦਿਲ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਉੱਠੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ 22 ਜਨਵਰੀ ਨੂੰ ਇਹ ਵੱਡਾ ਕੰਮ ਕਰਦੇ ਹਾਂ ਤਾਂ ਸ਼੍ਰੀ ਰਾਮ ਜੀ ਦਾ ਜਿਹੜਾ ਆਸ਼ੀਰਵਾਦ ਹੈ ਉਹ ਬੱਚੇ ਨੂੰ ਮਿਲੇਗਾ। ਸੋ ਜੇਕਰ ਦੇਖਿਆ ਜਾਵੇ ਤਾਂ ਹੁਣ ਔਰਤਾਂ ਨੇ ਜਿਹੜੀ ਇਹ ਮੰਗ ਰੱਖੀ ਹੈ ਇਸ 'ਤੇ ਸਟੈਂਪਿੰਗ ਕਰ ਦਿੱਤੀ ਹੈ ਘਰਦਿਆਂ ਨੇ ਵੀ ਅਤੇ ਡਾਕਟਰਾਂ ਨੇ ਵੀ। ਹੁਣ ਵੇਖਣ ਵਾਲਾ ਹੋਵੇਗਾ ਕਿ ਸ਼੍ਰੀ ਰਾਮ ਜੀ ਦੇ ਆਗਮਨ ਪੁਰਬ ਵਾਲੇ ਦਿਨ ਜਿਹੜੇ ਬੱਚੇ ਪੈਦਾ ਹੁੰਦੇ ਨੇ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮਾਵਾਂ ਦੀਆਂ ਇਹ ਇੱਛਾਵਾਂ ਨੇ ਉਹ ਕਿਸ ਹੱਦ ਤੱਕ ਉਹਨਾਂ ਨੂੰ ਫਲ ਦਿੰਦੀਆਂ ਨੇ। हमारा मन तो ये जिस दिन भगवान राम अयोध्या में आया उसी दिन हमारा बच्चा भी आया। 22 जनवरी को भगवान राम आएंगे इससे बड़ा शुभ दिन क्या हो सकता है। हमारा मन ये है कि हमारा बच्चा यानी कि 22 तारीख तक आ जाए जिससे भगवान राम जिस दिन आए थे। सबको इतनी उत्सुकता है जो इतने साल बाद राम जी और उनका वह हो रहा है अयोध्या में। सब पब्लिक को भी एक्साइटेड है और हम लोग भी एक्साइटेड हैं कि भैया 22 तारीख को जो भी डिलीवरी होगी कुछ ना कुछ तो स्पेशल होगा उसमें। बस लोग भी यही चाह रहे हैं कि जितना उससे ज़्यादा नॉर्मल डिलीवरीज हो जाए या जो सिजेरियन हो जाए अच्छा ही होगा।